ਭਰਾ ਆਪਣੇ ਵੱਡੇ ਭਰਾ ਨੂੰ ਮਿਲਣ ਆ ਗਿਆ ਅਤੇ ਰਾਤ ਦੇ ਸਮੇਂ ਉਸਦਾ ਪੁੱਤ ਆਪਣੇ ਰਿਸ਼ਤੇ ਦੇ ਵਿੱਚ ਲੱਗਦੇ ਇਸ ਤਾਏ ਦੇ ਕੋਲ ਹੀ ਰਹਿ ਗਿਆ। ਤਾਏ ਨੂੰ ਨਹੀਂ ਪਤਾ ਸੀ ਕਿ ਕਿਸ ਮਨਸੂਬੇ ਦੇ ਨਾਲ ਉਸਦਾ ਇਹ ਭਤੀਜਾ ਘਰ ਦੇ ਵਿੱਚ ਰੁਕਿਆ। ਇਸ ਦੇ ਖਾਤੇ ਦੇ ਵਿੱਚ ਪੈਸੇ ਸੀ ਅਤੇ ਮੁੰਡੇ ਦੀ ਨਜ਼ਰ ਸੀ ਆਈਫੋਨ 'ਤੇ। ਦਰਅਸਲ ਪਲੱਸ ਟੂ ਦੇ ਵਿੱਚ ਪੜ੍ਹਦਾ ਇਹ ਮੁੰਡਾ ਜੋ ਕਿ ਆਪਣੇ ਦੋਸਤਾਂ ਨੂੰ ਕਹਿ ਬੈਠਾ ਸੀ ਕਿ ਮੈਂ ਆਈਫੋਨ ਲਵਾਂਗਾ, ਪਰ ਇਸ ਤੋਂ ਆਈਫੋਨ ਨਹੀਂ ਲਿਆ ਗਿਆ। ਤਾਂ ਫਿਰ ਇਸਨੇ ਇੱਕ ਸਕੀਮ ਬਣਾਈ ਜਿਸ ਦੇ ਚੱਲਦੇ ਹੋਏ ਆਪਣੇ ਤਾਏ ਦੇ ਬੈਂਕ 'ਚੋਂ ਪੈਸੇ ਕਢਵਾ ਲਏ ਖਾਤੇ 'ਚੋਂ ਅਤੇ ਉਸ ਤੋਂ ਬਾਅਦ ਉਸਨੂੰ ਖਤਮ ਕਰਕੇ ਨਹਿਰ ਦੇ ਵਿੱਚ ਹੀ ਸੁੱਟ ਦਿੱਤਾ। ਗਿੱਦੜਬਾਹਾ ਦੇ ਪਿੰਡ ਮਧੀਰ ਤੋਂ ਇਹ ਖੌਫਨਾਕ ਵਾਰਦਾਤ ਸਾਹਮਣੇ ਆਈ ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਰਿਸ਼ਤੇ ਦੇ ਵਿੱਚ ਲੱਗਦੇ ਤਾਏ ਨੂੰ ਖਤਮ ਕਰਕੇ ਨਹਿਰ 'ਚ ਸੁੱਟ ਦਿੱਤਾ ਅਤੇ ਸਿਰਫ ਇੱਕ ਆਈਫੋਨ ਦੀ ਖਾਤਰ ਉਸਨੇ ਕੀਮਤੀ ਜਾਨ ਲੈ ਲਈ ਅਤੇ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲਈ। ਗਿੱਦੜਬਾਹਾ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਬੁੱਟਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਧੀਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਜਗਰੂਪ ਸਿੰਘ ਸਮੇਤ 23 ਤਰੀਕ ਨੂੰ ਦੂਜੇ ਪੁੱਤਰ ਬਲਕਾਰ ਸਿੰਘ ਦੇ ਘਰ ਗਏ ਸਨ, ਜਿੱਥੇ ਜਗਰੂਪ ਸਿੰਘ ਜੋ ਕਿ ਬਲਕਾਰ ਸਿੰਘ ਦੇ ਘਰ ਹੀ ਰੁਕ ਗਿਆ। ਬਲਕਾਰ ਸਿੰਘ ਦੇ ਪੁੱਤਰ ਸਹਿਜਪ੍ਰੀਤ ਨੂੰ ਪਤਾ ਸੀ ਕਿ ਤਾਏ ਜਗਰੂਪ ਦੇ ਖਾਤੇ ਦੇ ਵਿੱਚ ਪੈਸੇ ਨੇ। ਸਹਿਜਪ੍ਰੀਤ ਨੇ ਆਪਣੇ ਤਾਏ ਨੂੰ ਖਤਮ ਕੀਤਾ, ਮ੍ਰਿਤਕ ਦੇਹ ਨੂੰ ਨਹਿਰ ਦੇ ਵਿੱਚ ਸੁੱਟਿਆ ਅਤੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਕਢਵਾ ਕੇ ਆਈਫੋਨ ਖਰੀਦ ਲਿਆ। ਗਿੱਦੜਬਾਹਾ ਪੁਲਿਸ ਦੇ ਵੱਲੋਂ ਸਹਿਜਪ੍ਰੀਤ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਉਸਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਥਾਣਾ ਗਿੱਦੜਬਾਹਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੇ ਵੱਲੋਂ ਮੁੱਢਲੀ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਬੈਂਕ ਖਾਤੇ ਦੇ ਵਿੱਚੋਂ ਪੈਸੇ ਕਢਵਾਏ ਗਏ ਅਤੇ ਇੱਕ ਆਈਫੋਨ ਦੀ ਖਾਤਰ ਹੀ ਭਤੀਜੇ ਨੇ ਜਿਸਦਾ ਨਾਮ ਸਹਿਜ ਸੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਰ ਕੀ ਮਾਮਲਾ ਕਿਹੜਾ ਮਟਰ ਦਾ ਕਿੰਨੇ ਚਿਰ ਟਰੇਸ ਕੀਤਾ ਔਰ ਹੈ ਕੀ ਨਹੀਂ ਕੀਤਾ ਜੀ? ਇਹ ਸਰ ਜਗਰੂਪ ਸਿੰਘ ਏਲੀਅਸ ਰੂਪਾ ਭਾਰੂ ਪਿੰਡ ਦਾ ਰਹਿਣ ਵਾਲਾ ਸੀ। ਇਹ 23 ਤਰੀਕ ਨੂੰ ਘਰੋਂ ਗਿਆ ਸੀ, ਉਸ ਤੋਂ ਬਾਅਦ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ। ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸਦੇ ਹੀ ਨਾਬਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ 'ਚ ਇਹਦੀ ਲਾਸ਼ ਸੁੱਟ ਦਿੱਤੀ ਹੈ, ਰਾਜਸਥਾਨ ਵੱਡੀ ਨਹਿਰ ਹੈ ਜੋ, ਅਤੇ ਅਸੀਂ ਜਿਹੜਾ ਉਹ ਨਾਬਾਲਗ ਹੈਗਾ ਉਹਨੂੰ ਐਪ੍ਰੀਹੈਂਡ ਕਰ ਲਿਆ ਅਤੇ ਕੋਰਟ 'ਚ ਪੇਸ਼ ਕੀਤਾ ਜੀ। ਕਿਉਂ ਕੀਤਾ, ਕੀ ਕਾਰਨ ਕੀ ਸੀ ਮਰਡਰ ਕਰਦੇ? ਇਹ ਜੀ ਪਲੱਸ ਟੂ 'ਚ ਪੜ੍ਹਦਾ ਸੀ ਬੱਚਾ ਇਹ, ਅਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ, ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤੰਗ ਕਰਦੇ ਸੀ ਪਿਛਲੇ 1-2 ਮਹੀਨਿਆਂ 'ਚੋਂ, ਜਿਵੇਂ ਤਾਨੇ ਮਹੀਨੇ ਦਿੰਦੇ ਸੀ ਵੀ 2 ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ। ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲੈਨ ਕੀਤੀ ਵੀ ਮੇਰੇ ਤਾਏ ਕੋਲ ਪੈਸੇ ਹੁੰਦੇ ਆ, ਇਸ ਕਰਕੇ ਇਹਨੇ ਤਾਏ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਡੈੱਡ ਬੋਡੀ ਹੈ ਜੋ ਨਹਿਰ 'ਚ ਸਿੱਟਤੀ, ਅਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ। ਕਿੰਨੇ ਪੈਸੇ ਕਿੰਨੇ ਕਢਾਏ ਕੋਈ ਦੱਸੋ ਜੀ? ਇਹ ਤਕਰੀਬਨ ਉਹਦੇ ਖਾਤੇ 'ਚ 1,03,000 ਰੁਪਏ ਸੀ, ਜਿਹਦੇ ਵਿੱਚੋਂ ਇਹਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ। ਸਰ ਕੀ ਮਾਮਲਾ ਕਿਹੜਾ ਮਟਰ ਦਾ ਕਿੰਨੇ ਚਿਰ 'ਚ ਟਰੇਸ ਕੀਤਾ ਔਰ ਹੈ ਕੀ ਨਹੀਂ ਕੀਤਾ ਜੀ? ਇਹ ਸਰ ਜਗਰੂਪ ਸਿੰਘ ਏਲੀਅਸ ਰੂਪਾ ਭਾਰੂ ਪਿੰਡ ਦਾ ਰਹਿਣ ਵਾਲਾ ਸੀ। ਇਹ 23 ਤਰੀਕ ਨੂੰ ਘਰੋਂ ਗਿਆ ਸੀ, ਉਸ ਤੋਂ ਬਾਅਦ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ। ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸਦੇ ਹੀ ਨਾਬਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ 'ਚ ਇਹਦੀ ਲਾਸ਼ ਸੁੱਟ ਦਿੱਤੀ ਹੈ, ਰਾਜਸਥਾਨ ਵੱਡੀ ਨਹਿਰ ਹੈ ਜੋ, ਅਤੇ ਅਸੀਂ ਜਿਹੜਾ ਉਹ ਨਾਬਾਲਗ ਹੈਗਾ ਉਹਨੂੰ ਐਪ੍ਰੀਹੈਂਡ ਕਰ ਲਿਆ ਅਤੇ ਕੋਰਟ 'ਚ ਪੇਸ਼ ਕੀਤਾ ਜੀ। ਕਿਉਂ ਕੀਤਾ, ਕੀ ਕਾਰਨ ਕੀ ਸੀ ਮਰਡਰ ਕਰਦੇ? ਇਹ ਜੀ ਪਲੱਸ ਟੂ 'ਚ ਪੜ੍ਹਦਾ ਸੀ ਬੱਚਾ ਇਹ, ਅਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ,
ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤੰਗ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ 'ਚੋਂ, ਜਿਵੇਂ ਤਾਨੇ ਮਹੀਨੇ ਦਿੰਦੇ ਸੀ ਵੀ 2 ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ। ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲੈਨ ਕੀਤੀ ਵੀ ਮੇਰੇ ਤਾਏ ਕੋਲ ਪੈਸੇ ਹੁੰਦੇ ਆ, ਇਸ ਕਰਕੇ ਇਹਨੇ ਤਾਏ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਡੈਡ ਬੋਡੀ ਹੈ ਜੋ ਨਹਿਰ 'ਚ ਸਿੱਟਦੀ ਹੈ, ਅਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ। ਕਿੰਨੇ ਪੈਸੇ ਕਿੰਨੇ ਕਿਹੜੇ ਕੋਈ ਦੱਸੋ ਜੀ? ਇਹ ਤਕਰੀਬਨ ਉਹਦੇ ਖਾਤੇ 'ਚ 1,03,000 ਰੁਪਏ ਸੀ, ਜਿਹਦੇ ਵਿੱਚੋਂ ਇਹਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ।